ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਬੈਕ ਟੂ ਮਾਈ ਚੈਨਲ। ਜੋਰਡਨ, ਸਾਈਕਲ ਚਲਾ ਕੇ ਦਿਖਾ ਦਿਓ, ਕਿੱਦਾਂ ਚਲਾ ਕੇ ਦਿਖਾਉਣਾ। ਹਾਂ, ਹੁਣ ਤਾਂ ਬਹੁਤ ਫਾਸਟ ਚੱਲਦਾ ਇਹ। ਹਾਂ, ਤੇ ਵਕੇਸ਼ਨ ਤੋਂ ਬਾਅਦ ਆ ਕੇ ਮੈਂ ਤੁਹਾਨੂੰ ਸਬਜ਼ੀਆਂ ਨਹੀਂ ਸਾਡੀਆਂ ਦਿਖਾਈਆਂ, ਅਤੇ ਕਾਫੀ ਵਧੀਆ ਸਾਡੀ ਗਰੋਥ ਹੋਈ ਹੈ ਸਬਜ਼ੀਆਂ ਦੀ। ਮੈਂ ਕਿਹਾ ਚਲੋ ਅੱਜ ਦੀ ਵੀਡੀਓ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ। ਮੈਨੂੰ ਤਾਂ ਨਾ ਇੱਥੇ ਸਬਜ਼ੀਆਂ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਆ, ਅਤੇ ਹੁਣ ਨਾ ਸਾਡੇ ਕਾਫੀ ਸਬਜ਼ੀਆਂ ਹੋਈਆਂ ਆ, ਅਤੇ ਤੁਸੀਂ ਯਕੀਨ ਨਹੀਂ ਮੰਨਣਾ ਸਾਡੀਆਂ ਭਿੰਡੀਆਂ ਵੀ ਬਹੁਤ ਵਧੀਆ ਹੋ ਗਈਆਂ। ਆਈ ਨੋ ਥੋੜ੍ਹੇ ਠੰਡ ਕਰਕੇ ਨਾ ਪਹਿਲਾਂ ਉਹ ਬੀਜ ਜਿਹੜੇ ਵਿਚਾਰੇ ਮਿੱਟੀ 'ਚ ਮਰ ਜਾਂਦੇ ਸੀਗੇ, ਪਰ ਹੁਣ ਥੋੜ੍ਹੇ ਥੋੜ੍ਹੇ ਜਿੱਦਾਂ ਗਰੋਥ ਹੋਈ ਆ ਭਿੰਡੀਆਂ ਦੀ, ਉਹ ਮੈਂ ਤੁਹਾਡੇ ਨੂੰ ਦਿਖਾਉਂਦੀ ਹਾਂ। ਅਤੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਊਂਗੀ ਸਾਡੀਆਂ ਜ਼ੁਕੀਨੀਆਂ ਬਹੁਤ ਸੋਹਣੀਆਂ ਹੋਈਆਂ ਆ। ਇੱਧਰ ਸਾਡਾ ਬਾਥੂ ਕਾਫੀ ਵੱਡਾ ਹੋ ਗਿਆ ਆ, ਤਾਂ ਇਹਨੂੰ ਅਸੀਂ ਤੋੜਨਾ ਆ। ਅਤੇ ਸਾਡੀ ਮੱਕੀ ਦੇਖੋ ਕਿੰਨੀ ਸੋਹਣੀ ਹੋਈ ਆ, ਮੱਕੀ ਵੀ ਕਿੰਨੀ ਵੱਧ ਗਈ ਆ। ਅਤੇ ਮੱਕੀ ਤੋਂ ਇਲਾਵਾ ਸਾਡੇ ਜਿਹੜੇ ਟਮਾਟਰ ਦੇ ਬੂਟੇ ਆ, ਇਹ ਵੀ ਕਾਫੀ ਵੱਡੇ ਹੋ ਗਏ ਆ। ਅਤੇ ਇੱਧਰ ਮੈਂ ਦਿਖਾਉਂਦੀ ਹਾਂ, ਓ ਸਾਡੇ ਚੱਪਣ ਕੱਦੂ। ਅਤੇ ਇਹ ਚੱਪਣ ਕੱਦੂ ਨਾ ਬਹੁਤ ਸਵਾਦ ਬਣਦੇ ਆ, ਅਤੇ ਇਹਦੇ ਨਾਲ ਆਹਦੇ ਨਿੱਕੇ ਨਿੱਕੇ ਹੋਰ ਵੀ ਲੱਗੇ ਆ, ਉਹ ਕਿੰਨੇ ਸੋਹਣੇ ਲੱਗਦੇ, ਇੱਕ ਨਹੀਂ ਕਿੰਨੇ ਜ਼ਿਆਦਾ ਲੱਗੇ ਆ। ਅਤੇ ਉਹ ਤੋਂ ਇਲਾਵਾ ਚੱਪਣ ਕੱਦੂ ਤੋਂ ਇਲਾਵਾ ਸਾਡੇ ਹੈਗੀਆਂ ਆ ਹੌਲੀਆਂ ਜ਼ੁਕੀਨੀਆਂ, ਇਹ ਕਲਰਫੁੱਲ ਹੁੰਦੇ ਆ ਜਿੱਦਾਂ ਹਲਵਾ ਕੱਦੂ ਹੁੰਦਾ ਨਾ ਉਸ ਟਾਈਪ ਦੀਆਂ, ਪਰ ਇਹ ਲੰਬੀਆਂ ਰਹਿੰਦੀਆਂ। ਤਾਂ ਉਹ ਤੋਂ ਇਲਾਵਾ ਹੈਗੀਆਂ ਸਾਡੇ ਪਿੱਛੇ ਹਰੀਆਂ ਜ਼ੁਕੀਨੀਆਂ, ਉਹਦੇ ਪਿੱਛੇ ਲੁਕੀ ਆ। ਅਤੇ ਉਹ ਤੋਂ ਇਲਾਵਾ ਇੱਥੇ ਇੱਕ ਵੀ ਚੱਪੜ ਕੱਦੂ ਲੱਗਾ ਆ। ਹਾਂਜੀ, ਹਾਏ ਜੋਰਡਨ, ਉਹਦੇ ਇੱਥੇ ਵੀ ਜ਼ੁਕੀਨੀ ਆ, ਇੱਥੇ ਦੋ ਚੱਪਣ ਕੱਦੂ ਲੱਗੇ ਆ, ਅਤੇ ਉਹ ਪਿੱਛੇ ਵੀ ਜ਼ੁਕੀਨੀ ਆ। ਅਤੇ ਇੱਧਰ ਆਹ ਪੀਜ ਦਾ ਟ੍ਰੀ ਆ, ਇਹਨੂੰ ਲਗਾਤਾ ਸੀਗਾ ਪਰ ਹਲੇ ਇਹ ਸੁੱਕ ਗਿਆ ਆ, ਮੇ ਬੀ ਬਾਅਦ 'ਚ ਹਰਾ ਹੋਊਗਾ, ਅਤੇ ਨਿਆਣਿਆਂ ਦੀ ਮੌਜ ਆ। ਅਤੇ ਇੱਧਰ ਟਮਾਟਰ ਲੱਗੇ ਆ ਸਾਡੇ ਜਿਹੜੇ, ਉਹ ਕਾਫੀ ਵੱਡੇ ਹੋ ਗਏ ਆ, ਅਤੇ ਇਹਦੇ ਟਮਾਟਰ ਛੋਟੇ ਛੋਟੇ ਲੱਗ ਵੀ ਗਏ ਇਹਨਾਂ ਨੂੰ, ਆਹਦੇ ਨਿੱਕਾ ਜਿਹਾ ਦੀਦਾ ਨਾ ਉੱਥੇ, ਅਤੇ ਟਮਾਟਰ ਵੀ ਲੱਗਣੇ ਸ਼ੁਰੂ ਹੋ ਗਏ ਆ। ਅਤੇ ਇੱਧਰ ਆਪਣੇ ਬੈਂਗਣ, ਬੈਂਗਣਾਂ ਨੂੰ ਵੀ ਫੁੱਲ ਪਏ ਆ, ਇਹ ਵਾਲੇ ਹੈਗੇ ਲੰਬੇ ਬੈਂਗਣ। ਅਤੇ ਇੱਧਰ ਹੈਗਾ ਸਾਡਾ ਪਰਸਿਮਨ ਦਾ ਬੂਟਾ, ਇਹ ਵੀ ਨਵਾਂ ਲਿਆ ਕੇ ਲਾਇਆ ਆ। ਅਤੇ ਪਾਲਕ ਸਾਰੀ ਨੂੰ ਪੈ ਗਿਆ 20, ਅਤੇ ਉਸ ਤੋਂ ਇਲਾਵਾ ਆਹ ਤਾਂ ਆ ਗਈਆਂ ਭਿੰਡੀਆਂ ਸਾਡੀਆਂ, ਭਿੰਡੀਆਂ ਦੇ ਮਗਰ ਜਗ੍ਹਾ ਸੀਗੀ, ਅਤੇ ਉੱਥੇ ਮੱਕੀ ਦੇ ਦਾਣੇ ਜਿੱਦਾਂ ਮੈਂ ਲਾਤੇ ਆ, ਤਾਂ ਉਹ ਵੀ ਵੱਧ ਗਏ ਆ, ਅਤੇ ਉੱਧਰ ਵੀ ਮੱਕੀ ਦੇ ਦਾਣੇ ਲਾਏ ਆ। ਤਾਂ ਇੱਧਰ ਆ ਤੇ ਨਾ ਪੂਰੀਆਂ ਜਿੰਨੀਆਂ ਭਿੰਡੀਆਂ ਲਾਈਆਂ ਸੀ ਉਨੀਆਂ ਤਾਂ ਨਹੀਂ ਹੋਈਆਂ ਹੈਗੀਆਂ, ਪਰ ਫੇ ਵੀ ਜਿੰਨੀਆਂ ਵੀ ਸੀਗੀਆਂ ਥੋੜ੍ਹੀਆਂ ਵੀ ਉਹ ਵਧੀਆ ਹੋ ਗਈਆਂ। ਅਤੇ ਇਹਨਾਂ ਨੂੰ ਛੋਟੇ ਛੋਟੇ ਫੁੱਲ ਵੀ ਲੱਗਣੇ ਸ਼ੁਰੂ ਹੋਣ ਵਾਲੇ ਆ, ਅਤੇ ਰੋਟੀਆਂ ਜਿਹੀਆਂ ਬਣੀਆਂ ਇਹਨਾਂ ਦੀਆਂ। ਅਤੇ ਇੱਧਰ ਵੀ ਆਪਣੇ ਭਿੰਡੀਆਂ ਵਧੀਆ ਹੋਈਆਂ ਆ, ਅਤੇ ਵਿੱਚ ਵਿੱਚ ਕਈ ਵੀ ਲਾਏ ਸੀਗੇ, ਜਿਹੜੀ ਜਿਹੜੀ ਜਗ੍ਹਾ ਖਾਲੀ ਆ ਦੇਖੋ ਹੁੰਦੇ ਕਿ ਨਹੀਂ। ਤਾਂ ਇੱਧਰ ਆਪਣੀ ਕਬੋ ਵੀ ਬਹੁਤ ਵਧੀਆ ਹੋਈ ਆ। ਮੈਂ ਜੁੱਬਾ ਸਿਟੀ ਲਾ ਕੇ ਆਈ ਸੀ, 3-4 ਬੂਟੇ ਮੈਂ ਕਿਸੇ ਉੱਥੇ ਜੇ ਜ਼ਿਆਦਾ ਵੱਧ ਗਏ ਨਾ, ਤਾਂ ਉੱਥੇ ਜ਼ਿਆਦਾ ਬੂਟੇ ਹੋ ਜਾਂਦੇ, ਫਿਰ ਉਹ ਲੈ ਕੇ ਆਇਆ ਕਰੂੰਗੇ। ਇਹਦੀ ਭੁਰਜੀ ਬਣਾ ਕੇ ਖਾਧੀ ਸੀ, ਬਹੁਤ ਵਧੀਆ ਬਣੀ ਆ। ਅਤੇ ਆਹ ਪਿਛਲੇ ਸਾਲ ਦੀਆਂ ਭਿੰਡੀਆਂ ਡਿੱਗੀਆਂ ਸੀਗੀਆਂ, ਇੱਥੇ ਹੋਰ ਬੂਟਾ ਨਿਕਲਿਆ ਆ, ਆਹ ਵੀ ਆਹ ਸਾਰੇ ਆਪੀ ਬੂਟੇ ਨਿਕਲੇ ਆਏ ਆ। ਅਤੇ ਇੱਧਰ ਮਿਰਚਾਂ ਆ, ਤਾਂ ਇੱਧਰ ਸਾਡੇ ਧਨੀਏ ਨੂੰ ਪੈ ਗਿਆ ਫੁੱਲ, ਫੁੱਲ ਦੇ ਨਾਲ ਨਾਲ ਕਈ ਤਾਂ ਬੀ ਵੀ ਪੈ ਗਏ ਆ, ਆਹਦੇ ਗੋਲ ਗੋਲ ਕਿੰਨੇ ਸੋਹਣੇ ਲੱਗਦੇ ਆ। ਸਾਡੇ ਇਹਨਾਂ ਨੂੰ
ਦਾਣੇ ਪੈ ਗਏ ਆ ਤੇ ਜੋ ਸੁੱਕੂਗੇ ਪੂਰੇ ਤਰ੍ਹਾਂ ਤਾਂ ਫੇਰ ਇਹਨੂੰ ਪੱਟੂਗੇ। ਫਿਲਹਾਲ ਅਸੀਂ ਸਿੱਧੇ ਰਹਿਣ ਦਿੱਤਾ ਆ ਤਾਂ ਸਾਡੇ ਅਮਰੂਦ ਨੂੰ ਵੀ ਫੁੱਲ ਬਹੁਤ ਸੋਹਣੇ ਸੋਹਣੇ ਲੱਗਣੇ ਆ, ਹਾਲੇ ਤਾਂ ਪਤਾ ਨਹੀਂ ਕਦੋਂ ਲੱਗਣੇ, ਪਰ ਡੋਡੀਆਂ ਕਿੰਨੀਆਂ ਲੱਗੀਆਂ ਆ ਇਹਦੇ। ਅਤੇ ਇੱਧਰ ਅਨਾਰ ਦਾ ਬੂਟਾ, ਇੱਧਰ ਵੀ ਭਿੰਡੀਆਂ ਆ, ਉਹ ਇੱਧਰ ਵੀ ਕਿਤੇ ਕਿਤੇ ਕੋਈ ਕੋਈ ਭਿੰਡੀਆਂ ਆ ਤਾਂ ਮੈਂ ਲਾਈਆਂ ਸੀਗੀਆਂ ਬਾਅਦ ਵਿੱਚ, ਇਹ ਹਲੇ ਨਿਕਲਦੀਆਂ ਆ। ਅਤੇ ਉੱਧਰ ਵੀ ਕਬੂ ਦਾ ਬੂਟਾ, ਉਹ ਵੀ ਕਬੂ ਦਾ ਬੂਟਾ, ਵਿੱਚ ਵਿੱਚ ਆਪੀ ਉੱਗੇ ਆ ਤਾਂ ਅਸੀਂ ਪੱਟੇ ਨਹੀਂ, ਅਸੀਂ ਇਹਦੇ ਨਾਲ ਤੋੜ ਤੋੜ ਕੇ ਨਾ ਸਬਜ਼ੀ ਬਣਾਈ ਜਾਂਦੇ ਹਾਂ। ਅਤੇ ਅਨਾਰ ਦਾ ਬੂਟਾ ਬਹੁਤ ਵੱਡਾ ਹੋਇਆ ਪਰ ਸਾਨੂੰ ਨਾ ਫੁੱਲ ਬਹੁਤ ਘੱਟ ਦਿਸ ਰਹੇ ਆ, ਅਤੇ ਪਤਾ ਨਹੀਂ ਆ ਪਿੱਛੇ ਵਿੱਚ ਤਾਂ ਹੈਗੇ, ਪਿਛਲੇ ਸਾਲ ਤਾਂ ਕਾਫੀ ਫੁੱਲ ਸੀਗੇ, ਇਸ ਵਾਰ ਘੱਟ ਦਿਖ ਰਹੇ ਆ, ਮੇ ਬੀ ਪਤਾ ਨਹੀਂ ਵਿੱਚ ਨਾ ਹੋਣ ਕਾਫੀ, ਕਿਉਂਕਿ ਟਾਹਣੀਆਂ ਇਸ ਵਾਰ ਬੜੀਆਂ ਵੱਡੀਆਂ ਹੋਈਆਂ, ਉਹਦਾ ਹਰੇ ਵਿੱਚ ਦਿਸਦੇ ਆ ਕੋਈ ਕੋਈ। ਫਿਰ ਦੇਖੋ ਹੋਪਫੁੱਲੀ ਥੋੜ੍ਹੇ ਵਧੀਆ ਅਨਾਰ ਮਿਲ ਜੂਗੇ। ਆਪਾਂ ਟੂਰ ਦਿੰਦੇ ਆਪਣੇ ਗਾਰਡਨ ਦਾ, ਟੂਰ ਦਿੰਦੇ ਗਾਰਡਨ ਦਾ। ਹਾਂ ਐਸ਼ਲੀ ਦਾ ਬਲੌਗ ਬਣਾ ਲਿਆ। ਐਸ਼ਲੀ ਝੱਗਾ ਕਿੱਥੋਂ ਮਿਲਿਆ, ਝੱਗਾ ਕਿੱਥੋਂ ਮਿਲਿਆ? ਅੱਛਾ ਜੋਰਡਨ ਲੈ ਕੇ ਆਇਆ? ਅੱਛਾ ਜੋਰਡਨ ਆਪਣਾ ਝੱਗਾ ਲੱਗਾ ਦੇਖਣ। ਓਕੇ ਅਤੇ ਇੱਧਰ ਆਪਣਾ ਪੁਦੀਨਾ, ਇੱਧਰ ਵੀ ਮਿਰਚਾਂ ਸੋਹਣੀਆਂ ਹੋਈਆਂ। ਆਹ ਹਲਵਾ ਕੱਦੂ ਦੀ ਵੇਲ ਆ ਸਾਡੀ, ਅਤੇ ਇਹਨੂੰ ਵੀ ਛੋਟੇ ਛੋਟੇ ਵਾਦੇ ਫੁੱਲ ਪੈ ਰਹੇ ਆ ਤਾਂ ਪਤਾ ਨਹੀਂ ਇੰਨੀ ਛੇਤੀ ਲੱਗੂਗਾ ਕਿ ਨਹੀਂ। ਅਤੇ ਇੱਧਰ ਆ ਘੀਏ ਦੀ ਵੇਲ। ਹਾਂਜੀ ਬੱਚੇ, ਹਾਂਜੀ ਹਾਂ ਹਾਂ, ਤੂੰ ਮੈਨੂੰ ਜੁਆਇਨ ਹੀ ਕੀਤਾ ਆ, ਪਤਾ ਨਹੀਂ ਮੈਨੂੰ। ਅਤੇ ਇੱਧਰ ਵੀ ਮਿਰਚਾਂ ਲੱਗੀਆਂ ਆ, ਥਾਈ ਚਿੱਲੀ। ਅਤੇ ਇੱਧਰ ਆ ਜੋਰਡਨ ਨੇ ਲਾਈ ਸੀਗੀ ਭਿੰਡੀ, ਐਕਚੁਅਲੀ ਜੋਰਡਨ ਨੇ ਲਾਈਆਂ ਭਿੰਡੀਆਂ ਆਹ ਅਤੇ ਆਹ ਵਾਲੀ, ਦੇਖ ਲਓ ਕਿੰਨੀਆਂ ਵੱਡੀਆਂ ਹੋ ਗਈਆਂ। ਅਤੇ ਇੱਧਰ ਆਪਣੀ ਹਲਵਾ ਕੱਦੂ ਦੀ ਬੇਲ ਇੱਕ ਹੋਰ ਆ, ਕਾਫੀ ਵੱਡੀ ਹੋ ਗਈ ਆ। ਇੱਧਰ ਆਪਣੇ ਟਿੰਡੇ, ਅਤੇ ਟਿੰਡੇ ਤੋਂ ਇਲਾਵਾ ਹੈਗੀ ਆ ਰਾਮਾ ਤੋਰੀ ਦੇ ਦੋ ਬੂਟੇ, ਵਧੀਆ ਹੋ ਗਏ ਆ। ਅਤੇ ਇੱਕ ਦੋ ਤਿੰਨ ਚਾਰ ਚਾਰ ਟਿੰਡਿਆਂ ਦੀਆਂ ਬੇਲਾਂ ਆ। ਅਤੇ ਇੱਧਰ ਆਪਣੀ ਇੱਕ ਕਰੇਲੇ ਦੀ ਬੇਲ ਹੋਰ ਵਧੀਆ ਹੋ ਗਈ ਆ। ਅਤੇ ਇੱਧਰ ਵੀ ਆਪਣੀਆਂ ਗਮਲਿਆਂ 'ਚ ਸਾਰੀਆਂ ਸਬਜ਼ੀਆਂ ਲੱਗੀਆਂ ਆ। ਅਤੇ ਇੱਧਰ ਆਪਣਾ ਜਿਹੜਾ ਖੀਰਾ ਆ, ਖੀਰੇ ਦੀ ਬੇਲ ਦੇਖੋ ਕਿੰਨੀ ਸੋਹਣੀ ਹੋ ਗਈ, ਇਹਨੂੰ ਫੁੱਲ ਵੀ ਪੈ ਗਏ ਆ। ਆਹ ਛੋਟਾ ਜਿਹਾ ਖੀਰਾ ਲੱਗਾ, ਨਿੱਕਾ ਜਿਹਾ ਖੀਰਾ ਆ। ਅਤੇ ਇੱਧਰ ਜਿਹੜਾ ਆਪਣਾ ਚੈਰੀ ਟਮਾਟਰ ਆ, ਇਹਨਾਂ ਨੂੰ ਤਾਂ ਬਹੁਤ ਸੋਹਣੇ ਸੋਹਣੇ ਟਮਾਟਰ ਲੱਗੇ ਆ, ਇਹਦੇ ਨਾ ਗੁੱਛੇ ਦੇ ਗੁੱਛੇ ਲੱਗੇ ਆ, ਜਦੋਂ ਲਾਲ ਹੋ ਗਏ ਤਾਂ ਵਧੀਆ ਆ। ਅਤੇ ਇੱਧਰ ਆਪਣੇ ਬੈਂਗਣਾਂ ਦੇ ਬੂਟੇ, ਆਹ ਮਿਰਚਾਂ ਦੇਖੋ ਕਿੰਨੀਆਂ ਸੋਹਣੀਆਂ ਹੋਈਆਂ ਆ ਆਪਣੀਆਂ। ਅਤੇ ਇੱਧਰ ਇਹ ਹੈਗੇ ਪਿਛਲੇ ਸਾਲ ਦੇ ਬੂਟੇ ਪੁਰਾਣੇ, ਤਾਂ ਇਹਨਾਂ ਦੀ ਵੀ ਗ੍ਰੋਥ ਵਧੀਆ ਹੋ ਗਈ ਆ, ਅਤੇ ਇਹਨਾਂ ਨੂੰ ਵੀ ਮਿਰਚਾਂ ਸੋਹਣੀਆਂ ਸੋਹਣੀਆਂ ਲੱਗੀਆਂ ਆ, ਵੱਡੀਆਂ ਆ ਦੇਖੋ ਨਾ, ਯਾਰ ਬਹੁਤ ਸੋਹਣੀਆਂ ਸੋਹਣੀਆਂ ਮਿਰਚਾਂ ਹੋਈਆਂ ਆ। ਅਤੇ ਸਟ੍ਰੋਬੇਰੀ ਦਾ ਬੂਟਾ ਵਿਚਾਰਾ ਇੱਦਾਂ ਹੀ ਆ, ਮੁਰਝਾ ਜਾਂਦਾ ਆ ਕਦੇ ਠੀਕ ਆ। ਅਤੇ ਇੱਧਰ ਆਪਣਾ ਧਨੀਆ, ਅਤੇ ਧਨੀਆ ਕਾਫੀ ਵੱਡਾ ਹੋਇਆ ਸੀ, ਕੱਟ ਲਿਆ ਸੀ। ਅਤੇ ਇੱਧਰ ਪੁਦੀਨਾ, ਪੁਦੀਨਾ ਵੀ ਆਪਾਂ ਤੋੜ ਲਿਆ ਸੀਗਾ। ਹਾਂ ਚੜ੍ਹਨਾ, ਅੱਜ 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 ਪੈਰ ਚੱਕੋ, ਉੱਪਰ ਪੈਰ ਚੱਕੋ। ਓ ਪੈਰ ਚੱਕੋ ਆਪਣੇ, ਓ ਚੱਕੋ ਚੱਕੋ ਚੱਕੋ, ਯੇ ਧਿਆਨ ਨਾਲ ਅੱਛਾ
Bye.